ਅੱਗੇ ਜੇ ਕੀਰਤਨ ਕਰਦੇ ਤੇ ਗੁਰਮੁਖਾਂ ਸਿੱਖ ਜਿਹੜੇ ਸੀ ਗੁਰਸਿੱਖ ਗੁਰੂ ਨਾਲ ਜੁੜੇ ਹੋਏ ਸੀ ਅੰਦਰੋਂ, ਉਹਨਾਂ ਦੇ ਘਰ ਬੈਠ ਕੇ ਕਰਦੇ ਸੀ, ਉਹਦਾ ਅਸਰ ਵੀ ਹੁੰਦਾ ਸੀ। ਹੁਣ ਲੈ ਜਾਂਦੇ ਨੇ ਅਮੀਰ ਆਦਮੀ ਅੰਦਰੋਂ ਗੁਰਬਾਣੀ ਨਾਲ ਪ੍ਰੇਮ ਕੋਈ ਨਹੀਂ ਹੈ, ਅਖੰਡ ਪਾਠ ਹੋ ਰਿਹਾ ਸੁਣਦਾ ਕੋਈ ਵੀ ਨਹੀਂ, ਕਦਰ ਇਹ ਨਹੀਂ ਕਿਸੇ ਨੂੰ ਹੈ ਉਹਦੀ, ਇੱਧਰ ਟੀਵੀ ਲੱਗਿਆ ਉੱਧਰ ਪਾਠ ਹੋ ਰਿਹਾ, ਟੀਵੀ ਸੁਣ ਰਹੇ ਪਾਠ ਨਹੀਂ ਸੁਣ ਰਹੇ, ਉਹ ਤਾਂ ਬੇਇੱਜ਼ਤੀ ਕਰ ਰਹੇ ਹੋ ਤੁਸੀਂ ਤਾਂ, ਤੁਸੀਂ ਤਾਂ ਘਰ ਬੁਲਾ ਕੇ ਬੇਇੱਜ਼ਤੀ ਕਰ ਰਹੇ ਹੋ। ਕੋਈ ਆ ਜਾਏ ਮਨਿਸਟਰ ਦੇਖਾ ਭਲਾ, ਉਹਦੇ ਕੋਲ ਸਾਰਾ ਟੱਬਰ ਨਾ ਬਹਿ ਜਾਏ, ਵੀਰ ਗੁਆਂਢ ਵੀ ਨਾ ਕੇ ਬਹਿ ਜਾਏ, ਉਹ ਵੱਡਾ ਹੋਇਆ ਗੁਰੂ ਛੋਟਾ ਹੋਇਆ, ਉਹ ਨਹੀਂ ਕੋਈ ਸੁਣਦਾ, ਕਿਉਂ ਭੁੱਖ ਨਹੀਂ ਅੰਦਰ ਹੈ ਨਾ, ਇੱਛਾ ਨਹੀਂ ਹੈ ਅੰਦਰ, ਬਖਸ਼ਿਸ਼ ਕਿੱਥੋਂ ਹੋ ਜਾਵੇ, ਬਖਸ਼ਿਸ਼ ਕਿੱਥੋਂ ਹੋ ਜਾਵੇ, ਅੰਦਰ ਪ੍ਰੇਮ ਨਹੀਂ ਹੈ, ਲੋੜ ਨਹੀਂ ਹੈ ਉਹਦਾ, ਐਵੇਂ ਇੱਕ ਉਹਦਾ ਨਾ ਕਰਾਉਣਾ ਚੰਗਾ, ਕਰ ਕਿਸੇ ਬੰਦੇ ਨੂੰ ਸੱਦ ਕੇ ਕਮਰੇ 'ਚ ਬਿਠਾ ਲਈ ਉਹਦੇ ਕੋਲ ਜਾਈਏ ਹੀ ਨਾ, ਰੋਟੀ ਪਾਣੀ ਵੀ ਕੋਈ ਉਹ ਰੱਖਿਆ ਵੀ ਨੌਕਰ ਉਹਦੇ ਨਾਲ ਗੱਲੇ ਨਾ ਕਰੀਏ, ਇਹ ਤਾਂ ਬੜੀ ਬੇਇੱਜ਼ਤੀ ਕੀ ਹੁੰਦੀ। ਮੈਂ ਕਹਿੰਦਾ ਮੈਂ ਗਿਆ ਮੇਰੇ ਕੋਲ ਬੈਠੇ ਨਹੀਂ ਦੋ ਮਿੰਟ ਵੀ, ਅਸੀਂ ਗੁੱਸਾ ਕਰ ਲੈਂਦੇ ਤਾਂ ਕੀ ਫਾਇਦਾ ਹੋਇਆ ਬਈ। ਇਸ ਕਰਕੇ ਸਗੋਂ ਸਰਾਫੇ ਗਏ ਸਿੱਖ, ਇਹ ਕੰਮ ਕਰ ਕਰਕੇ ਮੱਤ ਮਾਰੀ ਗਈ, ਇਹਦਾ ਉਲਟਾ ਅਸਰ ਹੋ ਗਿਆ ਇਹਨਾਂ ਗੱਲਾਂ ਨੂੰ, ਨਰਾਦਰੀ ਕਰੀ, ਉਹ ਰੌਲਾ ਪਾਉਂਦੇ ਸ਼ਬਦ ਗੁਰੂ ਸ਼ਬਦ ਗੁਰੂ ਸ਼ਬਦ ਗੁਰੂ ਸ਼ਬਦ ਗੁਰੂ, ਪ੍ਰਾਪੋਗੰਡਾ ਕਰਦੇ ਨੇ ਕੀ ਅੰਦਰੋਂ ਨੇ, ਕੀ ਸਮਝਦੇ ਨੇ ਕੀ, ਪ੍ਰਾਪੋਗੰਡਾ ਕਰਦੇ ਨੇ ਕੀ, ਬੇਵਕੂਫ ਕਿਹਨੂੰ ਬਣਾਉਂਦੇ ਹੋ, ਬੇਵਕੂਫ ਆਪ ਹੋ ਅਸਲ 'ਚ, ਕਿਸੇ ਨੂੰ ਨਹੀਂ ਬਣਾਇਆ ਜਾ ਸਕਦਾ, ਜਿਹੜਾ ਸਾਰੀ ਦੁਨੀਆਂ ਨੂੰ ਆਦਮੀ ਬੇਵਕੂਫ ਬਣਾਵੇ, ਬੇਵਕੂਫ ਆਪੇ ਹੁੰਦਾ ਉਹ, ਜੇ ਉਹਨੂੰ ਕੋਈ ਮੂੰਹ 'ਤੇ ਨਹੀਂ ਕਹਿੰਦਾ ਤਾਂ ਨਹੀਂ ਕਹਿੰਦਾ ਵੀ ਐਵੇਂ ਲੜੂ ਲੜਾਈ ਕਾਹਨੂੰ ਗੜ ਪਾਉਣੀ, ਵੀ ਮੂਰਖ ਨੂੰ ਕਾਹਨੂੰ ਛੇੜਨਾ ਆਪਾਂ ਨੇ, ਵੀ ਆਪਾਂ ਨੇ ਕਾਹਨੂੰ ਕਹਿਣਾ ਕੁਛ ਭਾਈ, ਜੇ ਜਾ ਹੈਗਾ ਉਹ ਜਾ ਉਹਨੂੰ ਫੜ ਮਿਲ ਜੂਗਾ। ਹਾਂਜੀ, ਕਹੇ ਨਾਨਕ ਸੱਚ ਸੋਲਾ ਸੱਚੇ ਘਰ ਗਾਵੇ, ਸੱਚੇ ਘਰ ਗਾਵੇ, ਸੱਚਾ ਘਰ ਅੰਦਰ ਆਪਣੇ ਆਪਣੇ ਅੰਦਰ ਬੈਠ ਕੇ ਹੀ ਗਾ ਲਵੇ, ਖੰਡ ਪਾਠ ਕਰਾਉਣੇ ਕੋਈ ਜ਼ਰੂਰੀ ਨਹੀਂ ਹੈ, ਸਹਿਜ ਪਾਠ ਕਰਾਉਣੇ ਕੋਈ ਜ਼ਰੂਰੀ ਨਹੀਂ ਹੈ, ਆਪਣੇ ਹਿਰਦਾ ਹੀ ਤੁਹਾਡਾ ਸੱਚਾ ਸੁੱਚਾ ਹੋਣਾ ਚਾਹੀਦਾ, ਆਪੇ ਬਾਣੀ ਪੜ੍ਹ ਲਓ, ਜੇ ਘਰ ਲਿਆ ਕੇ ਵੀ ਪੜ੍ਹੋ ਤਾਂ ਆਪ ਪੜ੍ਹੋ, ਆਪ ਨਹੀਂ ਪੜ੍ਹ ਸਕਦੇ ਪੜ੍ਹ ਕੋਈ ਜ਼ਰੂਰੀ ਹੈ, ਜੇ ਕਿਸੇ ਤੇ ਪੜ੍ਹਾਉਣਾ ਜਾਂ ਸੁਣੋ ਬੈਠ ਕੇ, ਸਾਨੂੰ ਬੋਲਦੇ ਹਾਂ ਕਿਸੇ 'ਤੇ ਜੇ ਪੜ੍ਹਾਉਂਦੇ ਹੋ ਕਮ ਸੇ ਕਮ ਸੁਣੋ ਤਾਂ ਸਹੀ ਬੈਠ ਕੇ, ਸਾਰੇ ਨਿਆਣਿਆਂ ਨੂੰ ਵੀ ਬਿਠਾ ਲਓ, ਉਹਦਾ ਤਾਂ ਕੋਈ ਅਸਰ ਹੋਊਗਾ, ਉਹ ਤਾਂ ਫਿਰ ਬੇਕਦਰੀ ਹੋਊ, ਨਿਆਣੇ ਵੀ ਬੇਕਦਰੀ ਕਰਨ ਲੱਗ ਜਾਣਗੇ, ਗਾਂ ਕੀ ਸਿੱਖਣਗੇ ਨਿਆਣੇ ਕਦਰ, ਨਿਆਣੇ ਦੇ ਮਨ ਦੇ ਵਿੱਚ ਕੀ ਆਊਗੀ ਬੇਕਦਰੀ, ਔਰ ਬੇਕਦਰੀ ਹੈ ਉਹ।